इन्ना ज्यादा बुरा हाल डेड बॉडी का उन्होंने किया टॉर्चर करके। अच्छा, कि मेरे दादा जी ने उन्होंने पहचानना ही इनकार कर दिया कि ये सतपाल नहीं है, मेरा बेटा नहीं है। अच्छा, इन्ना तरह उन्होंने बुरी तरह उन्होंने मारिया ही। डेड बॉडी के उपर ये फ्लैग उदो आया। हाँ जी, साड़ी इंडिया गवर्नमेंट ने डेड बॉडी के उपर पाया, ये उपर ब्लड के निशान ने, मैं तुम्हें दिखाऊंगा। हाँ जी, तुम अंदाजा लगा सकते हो। अच्छा, ये उदो के ने, 2000 दे ने, उदो दा ने, तो इर तो अंदाजा लगा सकते जे। हाँ, कि कितनी बुरी तरह ना उन्होंने टॉर्चर किया होना, कि ब्लड के निशान अजे तक भी ने इहदे उपर। बिल्कुल बिल्कुल। अच्छा, ये डेड बॉडी के उपर सी ये फ्लैग जिहड़ा सी। हाँ जी हाँ जी, ओके, ये उदो के ब्लड के निशान। अच्छा, इस तरह के नाल टॉर्चर किया सी कि तुहाडे दादा जी ने खुद पहचानने तो इनकार कर दिया कि नहीं हो सकता, ये सतपाल नहीं हो सकते। फिर मेरे पापा दे कुछ जिस तरह बचपने कुछ चिन्ह होंगे ने, निशानियां होंदिया ने। हाँ जी, उहदे तो फिर मेरे दादा जी ने उन्होंने वेख्या। हाँ जी, डेड बॉडी फिर लैके आए पिंड, बड़े नाल फिर लीडर्स लोग मंत्री कुछ लग लगे पिंडा तो शहर तो। हाँ जी, दूरों भी काफ़ी दूरों दूरों लोग, इन्नी लोग तो इन्नी भीड़ ही इतने कि पैर रखन जगह नहीं, कि सानू खुद पता नहीं कि आप पापा की डेड बॉडी नू वेख पाना कि नहीं। ओके, इन्नी ज़्यादा भीड़ ही तो किस तरह भी चलो सानू दिखाया गया पापा की डेड बॉडी नू वेख्या। ਤੁਸੀਂ ਸ਼ਾਇਦ ਯਕੀਨ ਨਹੀਂ ਕਰੋ ਕਿ ਉਹਨਾਂ ਦੇ ਨਾਖੂਨ ਖਿੱਚੇ ਹੋਏ ਸੀ, ਪਲਾਸ ਨਾਲ ਦੰਦ ਤੋੜੇ ਹੋਏ ਸੀ ਉਹਨਾਂ ਦੇ, ਅਤੇ ਉਹਨਾਂ ਦੀਆਂ ਲੱਤਾਂ 'ਤੇ ਲੰਬੇ ਲੰਬੇ ਕੱਟ ਸੀ, ਸਿਰ 'ਤੇ ਪੱਟੀ ਸੀ, ਚੋੜ ਦੇ ਨਿਸ਼ਾਨ, ਫੇਸ 'ਤੇ ਨੀਲ ਦੇ ਨਿਸ਼ਾਨ, ਜਿਸ ਤਰ੍ਹਾਂ ਨੀਲੇ ਨੀਲੇ ਨਿਸ਼ਾਨ, ਬੜੀ ਬੁਰੀ ਤਰ੍ਹਾਂ ਨਾਲ ਜਿਸ ਤਰ੍ਹਾਂ ਸ਼ੋਟ ਕੀਤਾ ਹੋਏ, ਸ਼ੋਟ ਮਾਰਿਆ ਹੋਏ ਜਾਂ ਦੌੜਾ ਕੇ ਸ਼ੂਟ ਕੀਤਾ ਹੋਏ, ਇਸ ਤਰ੍ਹਾਂ ਦੇ ਡੂੰਘੇ ਨਿਸ਼ਾਨ ਉਹਨਾਂ ਦੀਆਂ ਲੱਤਾਂ 'ਚ। ਓਕੇ, ਬੜਾ ਬੁਰਾ ਹਾਲ ਦੇਖਿਆ ਡੈਡ ਬੋਡੀ ਨੂੰ। ਅਜੇ ਤੱਕ ਉਹ ਸੀਨ ਘੁੰਮਦੇ ਨੇ, ਅੱਖਾਂ ਦੇ ਅੱਗੇ ਆਉਂਦੇ ਨੇ, ਅਤੇ ਉਹ ਸਮਾਂ ਸੀ ਚਲੋ ਬੜੇ ਬੜੇ ਲੀਡਰ ਆਏ ਆਪਣੇ ਉਸ ਟਾਈਮ ਦੀ ਸਰਕਾਰ 'ਚ, ਬਾਜਵਾ ਸਾਹਿਬ ਸੀ, ਕੈਪਟਨ ਅਮਰਿੰਦਰ ਸਿੰਘ ਬਿੱਟਾ ਜੀ ਜਿਨ੍ਹਾਂ ਨੇ ਸ਼ਰਧਾਂਜਲੀ ਦਿੱਤੀ ਜੀ। ਇੰਨੀ ਭੀੜ ਵਿੱਚ ਇੰਨੇ ਲੋਕਾਂ 'ਚ ਉਹ ਬੋਲ ਗਏ ਕਿ ਸੁਰਿੰਦਰਪਾਲ ਦੀ ਏਜ ਹੁੰਦੀ ਆ, ਮੈਨੂੰ ਪੰਜਾਬ ਪੁਲਿਸ 'ਚ ਕਰਾਉਣ ਦਾ ਡਰੈਕਟਰ ਤੁਹਾਡੀ ਤੁਹਾਡੀ ਤੁਹਾਡੇ ਬਾਰੇ ਬੋਲ ਗਏ ਸੀ। ਹਾਂਜੀ, ਉਦੋਂ ਤੁਹਾਡੀ 15 ਸਾਲ ਦੀ ਏਜ ਸੀ ਸ਼ਾਇਦ। ਹਾਂਜੀ, 17-18 ਸਾਲ, 17-18 ਸਾਲ ਦੀ ਸੀ ਜਦੋਂ ਡੈਥ ਹੁੰਦੀ। ਹਾਂਜੀ, ਓਕੇ, ਉਹ ਕਹਿੰਦਾ ਕਿ ਏਜ ਸੁਰਿੰਦਰ ਦੀ ਹੁੰਦੀ ਆ ਤਾਂ ਮੈਨੂੰ ਪੰਜਾਬ ਪੁਲਿਸ 'ਚ ਕਰਵਾ ਦੂੰਗਾ। ਇਹ ਕਿੰਨਾਂ ਨੇ ਕਿਹਾ ਸੀ ਜੀ? ਇਹ ਕੈਪਟਨ ਮਨਿੰਦਰ ਸਿੰਘ ਬਿੱਟਾ। ਓਕੇ ਓਕੇ, ਬਿੱਟਾ ਜੀ ਨੇ। ਹਾਂਜੀ, ਅਤੇ ਸਾਡੇ ਬਾਜਵਾ ਸਾਹਿਬ ਉਦੋਂ ਇਹਨਾਂ ਦਾ ਹੀ 2000 ਸਾਂਚੇ ਇਹਨਾਂ ਦੀ ਸਰਕਾਰ ਹੀ, ਇਹਨਾਂ ਨੇ ਕਿਹਾ ਕਿ ਮੈਂ ਚਲੋ ਹੁਣ ਸਤਪਾਲ ਜੀ ਤਾਂ ਸ਼ਹੀਦ ਹੋ ਗਏ ਨੇ, ਦੇਸ਼ ਲਈ ਮੈਂ ਪੜ੍ਹਾਈ ਦਾ ਖਰਚਾ ਕਰਦਾ, ਇਹਨਾਂ ਦਾ ਮੈਂ ਜ਼ਿੰਮੇਵਾਰੀ ਚੱਕਦਾ ਸਾਰੀ, ਫਿਰ ਇਹ ਜਵਾਨ ਹੁੰਦੇ ਨੇ, ਏਜ ਹੁੰਦੀ ਆ, ਅਤੇ ਮੈਂ ਇਹਨਾਂ ਨੂੰ ਨੌਕਰੀ ਦਿੰਦਾ। ਜਿਸ ਤਰ੍ਹਾਂ ਹੀ ਇੰਨੀ ਜ਼ਿਆਦਾ ਭੀੜ ਦੇਖ ਕੇ ਤੁਹਾਨੂੰ ਪਤਾ ਹੈ ਲੀਡਰ ਲੋਕ ਤਾਂ ਹੈ ਨਾ ਪਬਲਿਕ ਦੇ ਸਾਹਮਣੇ ਬਸ ਉਹ ਆਪਣਾ ਹੀਰੋਗਿਰੀ ਝਾੜਦੇ ਨੇ, ਇੱਦਾਂ ਹੀ ਸਮਝ ਲਓ ਤੁਸੀਂ, ਅਤੇ ਇਹ ਸਭ ਬੋਲ ਕੇ ਸਾਡੇ ਨਾਲ ਵਾਅਦਾ ਕਰਕੇ ਅਤੇ ਚਲੇ ਗਏ, ਸ਼ਰਧਾਂਜਲੀ ਦਿੱਤੀ ਉਹਨਾਂ ਨੂੰ, ਸੁਨਾਮੀ ਦਿੱਤੀ ਬਕਾਇਦਾ। ਇਹ ਫਲੈਗ ਫਿਰ ਮੈਂ ਉਦੋਂ ਤੋਂ ਹੀ ਚੱਕ ਲਿਆ, ਉਹ ਡੈਡ ਬੋਡੀ ਤੋਂ ਰੱਖ ਲਿਆ, ਕਿ ਜਦ ਤੱਕ ਪੰਜਾਬ ਸਰਕਾਰ ਪੰਜਾਬ ਗੌਰਮੈਂਟ ਸਾਨੂੰ ਸਾਡਾ ਮੁਆਵਜ਼ਾ ਬਣਦਾ ਜੋ ਨਹੀਂ ਦਿੰਦੀ, ਜਾਂ ਸਾਡੀ ਜੋਬ ਨਹੀਂ ਲੱਗਦੀ, ਕੋਈ ਪੈਨਸ਼ਨ ਵਗੈਰਾ ਹੈ ਨਾ, ਜੋ ਵੀ ਸਾਡਾ ਹੱਕ ਬਣਦਾ ਪੰਜਾਬ ਗੌਰਮੈਂਟ ਨਹੀਂ ਦਿੰਦੀ, ਉਦੋਂ ਤੱਕ ਮੈਂ ਆਪਣੇ ਕੋਲ ਰੱਖਾਂਗਾ। ਇਹਦੇ 'ਤੇ ਬਲੱਡ ਦੇ ਨਿਸ਼ਾਨ ਨੇ, ਇਸ ਤਰ੍ਹਾਂ ਹੀ ਰਹਿਣਗੇ, ਮੁਆਵਜ਼ਾ ਮਿਲਦਾ ਜਾਂ ਸਾਡਾ ਹੱਕ ਗੌਰਮੈਂਟ ਸਾਨੂੰ ਦਿੰਦੀ ਫਿਰ ਮੈਨੂੰ ਵਾਸ਼ ਕਰਾਂਗਾ। ਇਸ ਚੀਜ਼ ਦੇਖ ਕੇ ਯਾਦ ਤਾਂ ਆਉਂਦੀ ਹੋਣੀ ਹੈ ਪਿਤਾ ਜੀ? ਹਾਂ ਹਾਂਜੀ, ਬਿਲਕੁਲ ਬਿਲਕੁਲ, ਇੱਕ ਇੱਕ ਗੱਲ ਇੱਕ ਇੱਕ ਸੀਨ ਦਿਮਾਗ 'ਚ ਉਸ ਤਰ੍ਹਾਂ ਨਿੰਦਾਕਾਂ ਦੇ ਅੱਗੇ ਆਉਂਦਾ।